ਸਤਿ ਸ਼੍ਰੀ ਅਕਾਲ ਜੀ। ਇਸ ਸਮੇਂ ਦੀ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਜਿਸ ਦਿਨ ਸਿੱਧੂ ਮੂਸੇਵਾਲਾ ਆਪਣੇ ਘਰੋਂ ਨਿਕਲਿਆ ਅਤੇ ਉਸ ਦੇ ਨਾਲ ਐਡਾ ਵੱਡਾ ਹਾਦਸਾ ਹੋਇਆ, ਉਸ ਦਿਨ ਇੱਕ ਗੱਲ ਬੜੀ ਚਰਚਾ ਦੇ ਵਿੱਚ ਸੀ ਕਿ ਜਦੋਂ ਸਿੱਧੂ ਮੂਸੇਵਾਲਾ ਆਪਣੇ ਘਰੋਂ ਨਿਕਲਦਾ ਤਾਂ ਉੱਥੇ ਇੱਕ ਬੰਦਾ ਆਇਆ ਸੀ ਸਿੱਧੂ ਮੂਸੇਵਾਲੇ ਦੇ ਨਾਲ ਫੋਟੋ ਖਿਚਵਾਉਣ ਵਾਸਤੇ। ਜਦੋਂ ਸਿੱਧੂ ਬਾਈ ਘਰੋਂ ਨਿਕਲਿਆ ਤਾਂ ਉਸ ਬੰਦੇ ਨੇ ਕਾਲ ਕਰੀ ਸੀ ਕਿਸੇ ਨੂੰ ਕਿ ਸਿੱਧੂ ਘਰੋਂ ਨਿਕਲ ਗਿਆ। ਉਸ ਤੋਂ ਬਾਅਦ ਉਹ ਬੰਦਾ ਚਲਿਆ ਗਿਆ ਮੋਟਰਸਾਈਕਲ ਦੇ ਉੱਪਰ, ਦੱਸਿਆ ਜਾ ਰਿਹਾ ਸੀ। ਅਤੇ ਇਸ ਸਮੇਂ ਦੀ ਵੱਡੀ ਖਬਰ ਹੈ ਕਿ ਉਸ ਬੰਦੇ ਤੱਕ ਪੁਲਿਸ ਪਹੁੰਚ ਗਈ ਹੈ, ਪੰਜਾਬ ਪੁਲਿਸ ਪਹੁੰਚ ਗਈ ਹੈ। ਸਰਸੇ ਦਾ, ਹਰਿਆਣੇ ਦੇ ਸਰਸੇ ਦਾ ਰਹਿਣ ਵਾਲਾ ਉਹ ਬੰਦਾ ਦੱਸਿਆ ਜਾ ਰਿਹਾ ਹੈ। ਅਤੇ ਇੱਥੇ ਇੱਕ ਹੋਰ ਵੱਡੀ ਗੱਲ ਦੱਸ ਦਈਏ ਕਿ ਇਹ ਬੰਦਾ ਜਦੋਂ ਪਿੰਡ ਦੇ ਵਿੱਚੋਂ ਉੱਥੇ ਜਿੱਥੇ ਰਹਿੰਦਾ ਪਤਾ ਕਰਿਆ ਪੰਜਾਬ ਪੁਲਿਸ ਨੇ, ਤਾਂ ਉਹਨਾਂ ਨੇ ਦੱਸਿਆ ਕਿ ਇਹ ਤਕਰੀਬਨ 1-1.5 ਸਾਲ ਤੋਂ ਇੱਥੇ ਨਹੀਂ ਰਹਿ ਰਿਹਾ। ਜਾਣੀ ਕਿ ਪੁਲਿਸ ਉਹਦੇ ਮੋਟਰਸਾਈਕਲ ਤੋਂ ਜਾਂ ਫਿਰ ਉਸਦੇ ਪ੍ਰੂਫਾਂ ਤੋਂ ਪਹੁੰਚੀ ਹੋਏਗੀ, ਪਰ ਉਹ ਆਪਣੇ ਟਿਕਾਣੇ ਦੇ ਉੱਪਰ ਨਹੀਂ ਮਿਲਿਆ। ਪਰ ਪੁਲਿਸ ਨੇ ਉਸ ਬੰਦੇ ਦੀ ਜਿਹੜੀ ਪਹਿਚਾਣ ਹੈ ਕਰ ਲਈ ਹੈ। ਇੱਕ ਹੋਰ ਇੱਥੇ ਵੱਡੀ ਖਬਰ ਦੱਸ ਦਈਏ, ਮੂਸੇ ਪਿੰਡ ਦੇ ਆਸ ਪਾਸ ਦੇ ਵੀ 3 ਮੁੰਡੇ ਦੱਸੇ ਜਾ ਰਹੇ ਨੇ ਜੋ ਸਿੱਧੂ ਮੂਸੇਵਾਲੇ ਦੀ ਰੇਕੀ ਕਰਨ ਦੇ ਵਿੱਚ ਸ਼ਾਮਿਲ ਨੇ। ਤਾਂ ਦੋਸਤੋ, ਜਿਹੜੀ ਵੀ ਘਟਨਾ ਹੋਈ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੀ ਰੇਕੀ ਕਰੀ ਗਈ ਹੈ, ਆਸ ਪਾਸ ਦੇ ਏਰੀਏ ਦੇ ਰਹਿਣ ਵਾਲੇ ਵੀ ਮੁੰਡੇ ਨੇ, ਅਤੇ ਇੱਕ ਲਾਣਤੀ ਕੰਮ ਕਰ ਦਿੱਤਾ ਉਹਨਾਂ ਲੋਕਾਂ ਨੇ, ਕਿਉਂਕਿ ਇੱਕ ਹੀਰਾ ਖੋਲਿਆ। ਖਾਸ ਕਰਕੇ ਜਿਹੜੇ ਮੁੰਡੇ ਮੂਸੇ ਪਿੰਡ ਦੇ ਆਸ ਪਾਸ ਰਹਿਣ ਵਾਲੇ ਨੇ, ਉਹਨਾਂ ਨੇ ਤਾਂ ਇਹ ਚੀਜ਼ ਸੋਚਣੀ ਸੀ ਕਿ ਐਡਾ ਵੱਡਾ ਸਟਾਰ ਹੈ ਜੋ ਕਿ ਸਾਨੂੰ ਰੱਬ ਨੇ ਤੋਹਫੇ ਦੇ ਵਿੱਚ ਦਿੱਤਾ ਹੈ ਅਤੇ ਮਾਨਸਾ ਦਾ ਨਾਮ ਕਿੱਡਾ ਵੱਡਾ ਕਰ ਦਿੱਤਾ, ਪਰ ਨਹੀਂ, ਉਹਨਾਂ ਲੋਕਾਂ ਨੇ ਵੀ ਉਹਨਾਂ ਗੈਂਗਸਟਰਾਂ ਦਾ ਸਾਥ ਦਿੱਤਾ ਅਤੇ ਸਿੱਧੂ ਮੂਸੇਵਾਲੇ ਦੇ ਉੱਪਰ ਹਮਲਾ ਹੋਇਆ। ਖੈਰ, ਹੁਣ ਵੱਡੀ ਖਬਰ ਹੈ ਕਿ ਉਹਨਾਂ ਲੋਕਾਂ ਤੱਕ ਪਹੁੰਚ ਗਈ ਹੈ ਅਤੇ ਕਈ ਵੱਡੇ ਰਾਜ ਹੁਣ ਖੁੱਲ੍ਹਣਗੇ ਕਿ ਆਖਰ ਕਿਸ ਤਰ੍ਹਾਂ ਹੋਇਆ, ਕਦੋਂ ਤੋਂ ਸਿੱਧੂ ਦੀ ਰੇਕੀ ਸੀ ਜਿਹੜੀ ਚੱਲ ਰਹੀ ਸੀ।